ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਨਾਲ ਸਾਰਾ ਹੀ ਪੰਜਾਬ ਦੁੱਖ ਦੇ ਦਰਿਆ ਦੇ ਵਿੱਚ ਰੁੜ ਗਿਆ ਹੈ। ਪੂਰੇ ਪੰਜਾਬ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਵੈਰੀਆਂ ਨੇ ਸੁਖਬੀਰ ਨੂੰ ਗੋਲੀਆਂ ਮਾਰ ਕੇ ਮੁਕਾ ਦਿੱਤਾ। ਚਸ਼ਮਦੀਦਾਂ ਦੇ ਮੁਤਾਬਕ ਦੋ ਗੋਲੀਆਂ ਲੱਗਦੇ ਹੀ ਸੁਖਬੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੈਪਟਨ ਨੇ ਜਦੋਂ ਅੱਖੀ ਦੇਖੀ ਘਟਨਾ ਮੀਡੀਆ ਨੂੰ ਬਿਆਨ ਕੀਤੀ ਤਾਂ ਉਹਨਾਂ ਦੇ ਆਪਣੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਕੈਪਟਨ ਨੇ ਦੱਸਿਆ ਕਿ ਪੂਰੀ ਘਟਨਾ ਕਿਵੇਂ ਉਹਨਾਂ ਦੇ ਸਾਹਮਣੇ ਵਾਪਰੀ, ਕਿਵੇਂ ਅਤੇ ਕੀ ਹੋਇਆ, ਆਓ ਤੁਹਾਨੂੰ ਵੀ ਸਾਰੀ ਘਟਨਾ ਵਿਸਥਾਰ ਨਾਲ ਦੱਸਦੇ ਹਾਂ ਕਿ ਕੈਪਟਨ ਨੇ ਸਾਨੂੰ ਦਿੱਲੀ ਏਅਰਪੋਰਟ 'ਤੇ ਕੀ ਦੱਸਿਆ। ਕੈਪਟਨ ਨੇ ਦੱਸਿਆ ਕਿ ਮੈਂ ਅਤੇ ਸੁਖਬੀਰ ਦੋਨੋਂ ਚੰਗੇ ਦੋਸਤ ਸਾਂ ਅਤੇ ਸਾਡਾ ਪਿੰਡ ਨਰੋਈਆਂ ਕਲਾਂ ਨੇੜੇ ਭਾਗੜਪੁਰ ਹੈ। ਅਸੀਂ ਦੋਨਾਂ ਨੇ ਇਕੱਠੇ ਗ੍ਰੈਜੂਏਸ਼ਨ ਕੀਤੀ ਅਤੇ 2 ਸਾਲ ਤੱਕ ਨੌਕਰੀ ਲੱਭਦੇ ਰਹੇ ਪਰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਅਸੀਂ ਬਾਹਰ ਜਾਣ ਦਾ ਮਨ ਬਣਾ ਲਿਆ ਅਤੇ ਆਈਲੈਟਸ ਕਰਨੀ ਸ਼ੁਰੂ ਕਰ ਦਿੱਤੀ। ਪਤਾ ਲੱਗਿਆ ਕਿ ਕੈਨੇਡਾ ਦੇ ਵੀਜ਼ੇ ਬਹੁਤ ਆਸਾਨੀ ਨਾਲ ਲੱਗ ਜਾਂਦੇ ਹਨ ਅਤੇ ਸਟੱਡੀ ਵੀਜ਼ਾ ਲੈ ਕੇ ਕਮਾਈ ਵੀ ਕੀਤੀ ਜਾ ਸਕਦੀ ਹੈ, ਤਾਂ ਅਸੀਂ ਆਈਲੈਟਸ ਤੋਂ ਬਾਅਦ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਉਣ ਦੀ ਸੋਚ ਲਈ। ਆਈਲੈਟਸ ਵਿੱਚ 6.5 ਬੈਂਡ ਆਉਣ ਤੋਂ ਬਾਅਦ ਅਸੀਂ ਏਜੰਟ ਕੋਲ ਗਏ। ਏਜੰਟ ਨੇ ਸਾਡੇ ਦੋਨਾਂ ਕੋਲੋਂ 16-16 ਲੱਖ ਰੁਪਏ ਦੀ ਮੰਗ ਕੀਤੀ ਅਤੇ ਸਾਡੀ ਕੈਨੇਡਾ ਦੀ ਫਾਈਲ ਲਗਾ ਦਿੱਤੀ। ਪਰ ਮਾੜੀ ਕਿਸਮਤ ਦੇ ਚੱਲਦਿਆਂ ਸਟੱਡੀ ਵਿੱਚ ਗੈਪ ਹੋਣ ਕਾਰਨ ਸਾਡਾ ਦੋਨਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਜਿਸ ਨਾਲ ਸਾਨੂੰ 1.5-1.5 ਲੱਖ ਦਾ ਘਾਟਾ ਵੀ ਪੈ ਗਿਆ। ਇਸ ਤੋਂ ਬਾਅਦ ਸਾਡੇ ਹੱਥ ਨਿਰਾਸ਼ਾ ਤੋਂ ਇਲਾਵਾ ਕੁਝ ਵੀ ਨਾ ਆਇਆ। ਫਿਰ ਇੱਕ ਦਿਨ ਮੈਂ ਅਤੇ ਸੁਖਬੀਰ ਉਸਦੀ ਮੋਟਰ 'ਤੇ ਬੈਠੇ ਗੱਲਾਂ ਮਾਰ ਰਹੇ ਸੀ ਤਾਂ ਸੁਖਬੀਰ ਨੇ ਕਿਹਾ ਕਿ ਕਿਉਂ ਨਾ ਅਮਰੀਕਾ 2 ਨੰਬਰ ਵਿੱਚ ਪਹੁੰਚਿਆ ਜਾਵੇ, ਪਰ 2 ਨੰਬਰ ਦੇ ਵਿੱਚ ਅਮਰੀਕਾ ਕਿਵੇਂ ਜਾਇਆ ਜਾਂਦਾ ਹੈ ਸਾਨੂੰ ਕੁਝ ਵੀ ਨਹੀਂ ਸੀ ਪਤਾ। ਸੋ ਅਸੀਂ ਦੁਬਾਰਾ ਉਸੇ ਏਜੰਟ ਕੋਲ ਵਾਪਸ ਚਲੇ ਗਏ। ਜਦੋਂ ਅਸੀਂ ਏਜੰਟ ਨਾਲ ਇਹ 2 ਨੰਬਰ ਵਿੱਚ ਬਾਹਰ ਜਾਣ ਦੀ ਗੱਲ ਕੀਤੀ ਤਾਂ ਪਹਿਲਾਂ ਤਾਂ ਉਹ ਸਾਡੇ ਨਾਲ ਨਾਰਾਜ਼ ਹੋ ਗਿਆ, ਫਿਰ ਉਸਨੇ ਸਾਨੂੰ ਸਮਝਾ ਬੁਝਾ ਕੇ ਵਾਪਸ ਭੇਜ ਦਿੱਤਾ ਕਿ ਇਸ ਰਸਤੇ ਵਿੱਚ ਖਤਰਾ ਹੈ, ਤੁਸੀਂ ਇਸ ਰਸਤੇ 'ਤੇ ਨਾ ਪਾਓ। ਇਸ ਤੋਂ ਬਾਅਦ 6 ਮਹੀਨੇ ਹੋਰ ਸਾਨੂੰ ਇੱਦਾਂ ਹੀ ਵਿਹਲਿਆਂ ਨੂੰ ਨਿਕਲ ਗਏ। ਘਰਦਿਆਂ ਦੇ ਤਾਹਨਿਆਂ ਤੋਂ ਪਰੇਸ਼ਾਨ ਹੋ ਕੇ ਸੁਖਬੀਰ ਨੇ ਮੈਨੂੰ ਕਿਹਾ ਕਿ ਮੈਂ ਜੀਣਾ ਨਹੀਂ ਚਾਹੁੰਦਾ, ਪਰ ਮੈਂ ਉਸਨੂੰ ਵੀ ਕੀ ਸਮਝਾਉਂਦਾ, ਮੈਂ ਤਾਂ ਖੁਦ ਘਰਦਿਆਂ ਦੇ ਤਾਹਨਿਆਂ ਤੋਂ ਬਹੁਤ ਪਰੇਸ਼ਾਨ ਸੀ। ਹੁਣ ਇਹ ਹਾਲਾਤ ਪੈਦਾ ਹੋ ਗਏ ਸਨ ਕਿ ਕੈਪਟਨ ਅਤੇ ਸੁਖਬੀਰ ਦੋਨੋਂ ਪਰੇਸ਼ਾਨੀ ਦੇ ਚੱਲਦਿਆਂ ਹਤਾਸ਼ ਹੋ ਚੁੱਕੇ ਸਨ। ਸੁਖਬੀਰ ਨੇ ਮੈਨੂੰ ਕਿਹਾ ਕਿ ਕਿਉਂ ਨਾ ਫਿਰ ਤੋਂ ਬਾਹਰ ਜਾਣ ਦੀ ਟਰਾਈ ਕੀਤੀ ਜਾਵੇ। ਇਸ ਵਾਰ ਅਸੀਂ ਹੋਰ ਏਜੰਟ ਕੋਲ ਚਲੇ ਗਏ। ਜਦੋਂ ਅਸੀਂ ਉਸਨੂੰ 2 ਨੰਬਰ ਵਿੱਚ ਬਾਹਰ ਜਾਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਭੇਜ ਤਾਂ ਦੇਵਾਂਗਾ ਪਰ 22 ਲੱਖ ਰੁਪਇਆ ਲੱਗੇਗਾ ਇੱਕ ਬੰਦੇ ਦਾ। ਇਸ ਦੇ ਨਾਲ ਸਾਡੇ ਮਨ ਦੇ ਵਿੱਚ ਥੋੜ੍ਹੀ ਆਸ ਜਿਹੀ ਜਾਗ ਗਈ ਕਿ ਹੁਣ ਅਸੀਂ ਬਾਹਰ ਚਲੇ ਜਾਵਾਂਗੇ। ਅਸੀਂ ਦੋਨਾਂ ਨੇ ਘਰ ਗੱਲ ਕੀਤੀ ਅਤੇ ਆਪਣੀ ਪੈਲੀ ਗਹਿਣੇ ਰੱਖ ਕੇ 22-22 ਲੱਖ ਰੁਪਏ ਇਕੱਠੇ ਕਰਕੇ ਏਜੰਟ ਨੂੰ ਦੇ ਦਿੱਤੇ। ਇਸ ਤੋਂ ਬਾਅਦ ਸਾਡਾ ਉਹ ਡਰਾਉਣਾ ਸਫ਼ਰ ਸ਼ੁਰੂ ਹੋਇਆ ਜਿਸ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਅਤੇ ਸਾਡੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਏਜੰਟ ਨੇ ਦੱਸਿਆ ਕਿ ਤੁਸੀਂ ਘੱਟ ਤੋਂ ਘੱਟ ਹੀ ਸਮਾਨ ਲੈ ਕੇ ਜਾਣਾ ਹੈ ਅਤੇ ਤੁਹਾਨੂੰ 3-4 ਮਹੀਨੇ ਮੈਕਸੀਕੋ ਦੇ ਬਾਰਡਰ ਤੱਕ ਪਹੁੰਚਣ ਨੂੰ ਲੱਗਣਗੇ, ਫਿਰ ਕੰਧ ਟੱਪ ਕੇ ਤੁਸੀਂ ਅਮਰੀਕਾ ਪਹੁੰਚ ਜਾਓਗੇ। 3 ਮਹੀਨੇ ਅਸੀਂ ਜੰਗਲ ਦਾ ਰਸਤਾ ਤੈਅ ਕਰਦੇ ਅਸੀਂ ਪੂਰੀ ਤਰ੍ਹਾਂ ਥੱਕ ਗਏ ਅਤੇ ਸਰੀਰ ਦੇ ਨਾਲ ਨਾਲ ਆਸ ਵੀ ਜਵਾਬ ਸਾਡੀ ਦੇਣ ਲੱਗ ਪਈ। ਰਸਤੇ ਵਿੱਚ ਕਈ ਦਿਨ ਅਸੀਂ ਭੁੱਖੇ ਵੀ ਕੱਟੇ, ਪਰ ਆਖਿਰਕਾਰ ਸਾਡੀ 11 ਬੰਦਿਆਂ ਦੀ ਟੋਲੀ ਕੰਧ ਤੱਕ ਪਹੁੰਚ ਗਈ ਜਿਸ ਨੂੰ ਮੈਕਸੀਕੋ ਦਾ ਬਾਰਡਰ ਕਹਿੰਦੇ ਹਨ। ਕੰਧ ਦੇ ਪਰਲੇ ਪਾਰ ਸਾਡੀ ਮੰਜ਼ਿਲ ਅਮਰੀਕਾ ਸੀ। ਬਾਰਡਰ 'ਤੇ ਪਹੁੰਚਦੇ ਡੌਂਕਰ ਨੇ ਸਾਨੂੰ ਦੱਸਿਆ ਕਿ ਇਸ ਤੋਂ ਅੱਗੇ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ, ਪਰ ਉਸਨੇ ਸਾਨੂੰ ਪੂਰੀ ਤਰ੍ਹਾਂ ਸਮਝਾ ਦਿੱਤਾ ਕਿ ਬਾਰਡਰ ਪਾਰ ਕਿਵੇਂ ਕਰਨਾ ਹੈ ਅਤੇ ਅਮਰੀਕਾ ਵਿੱਚ ਐਂਟਰੀ ਕਿਵੇਂ ਕਰਨੀ ਹੈ। ਹੁਣ ਸਾਡੇ ਮਨ ਵਿੱਚ ਪਹੁੰਚਣ ਦੀ ਖੁਸ਼ੀ ਵੀ ਸੀ ਅਤੇ ਘਬਰਾਹਟ ਵੀ। ਅਸੀਂ ਦੋਨੋਂ ਬਾਕੀ ਟੋਲੀ ਨਾਲੋਂ ਵੱਖ ਹੋ ਕੇ ਬਾਰਡਰ ਟੱਪਣ ਲੱਗੇ। ਅਸੀਂ ਅਮਰੀਕਾ ਦੇ ਬਾਰਡਰ ਦੇ ਬਹੁਤ ਨਜ਼ਦੀਕ ਪਹੁੰਚ ਗਏ, ਅੱਗੇ ਕੋਈ ਨਹੀਂ ਸੀ ਅਤੇ ਬਹੁਤ ਖੁਸ਼ੀ ਸਾਡੇ ਮਨ ਵਿੱਚ ਆ ਗਈ ਅਤੇ ਅਸੀਂ ਇੱਕ ਦੂਸਰੇ ਨੂੰ ਜੱਫੀ ਪਾ ਲਈ ਕਿ ਚਲੋ ਆਸਾਨੀ ਨਾਲ ਪਹੁੰਚ ਜਾਵਾਂਗੇ। ਸੁਖਬੀਰ ਨੇ ਕਿਹਾ ਕਿ ਪਹਿਲਾਂ ਮੈਂ ਜਾਂਦਾ ਹਾਂ, ਇੱਥੋਂ ਭੱਜ ਕੇ ਜਾਣਾ ਹੀ ਸਹੀ ਰਹੇਗਾ। ਖੁਸ਼ੀ ਵਿੱਚ ਸੁਖਬੀਰ ਬਹੁਤ ਤੇਜ਼ੀ ਨਾਲ ਬਾਰਡਰ ਵੱਲ ਨੂੰ ਭੱਜਿਆ। ਉਸ ਤੋਂ ਬਾਅਦ ਇੱਕ ਗੋਲੀ ਦੀ ਆਵਾਜ਼ ਸੁਣੀ, ਨਾਲ ਹੀ ਸੁਖਬੀਰ ਦੀ ਚੀਕ ਵੀ। ਕੁਝ ਮਿੰਟਾਂ ਲਈ ਇਦਾਂ ਲੱਗਿਆ ਜਿਵੇਂ ਦੁਨੀਆ ਰੁਕ ਗਈ ਹੋਵੇ, ਮੇਰੇ ਪੈਰ ਜਿਵੇਂ ਜੜ ਚੁੱਕੇ ਹੋਣ। ਮੈਂ ਪੱਥਰ ਦੇ ਪਿੱਛੇ ਲੁਕਿਆ ਰਿਹਾ। ਥੋੜ੍ਹੇ ਸਮੇਂ ਬਾਅਦ ਕੁਝ ਫੌਜੀ ਆਏ ਅਤੇ ਮੈਨੂੰ ਗ੍ਰਿਫਤਾਰ ਕਰਕੇ ਲੈ ਗਏ। ਥੋੜ੍ਹੀ ਅੱਗੇ ਜਾ ਕੇ ਮੈਂ ਦੇਖਿਆ ਕਿ ਸੁਖਬੀਰ ਉੱਥੇ ਖੂਨ ਨਾਲ ਲੱਥ-ਪੱਥ ਪਿਆ ਹੋਇਆ ਸੀ। ਸ਼ਾਇਦ ਉਹ ਸਾਹ ਛੱਡ ਚੁੱਕਾ ਸੀ, ਪਰ ਮੈਨੂੰ ਉਸ ਨੂੰ ਮਿਲਣ ਦਾ ਵੀ ਮੌਕਾ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਮੈਨੂੰ ਉਹਨਾਂ ਨੇ ਕੁਝ ਦਿਨ ਕੈਂਪ ਵਿੱਚ ਰੱਖਿਆ ਅਤੇ ਫਿਰ ਮੈਨੂੰ ਇੰਡੀਆ ਡਿਪੋਰਟ ਕਰ ਦਿੱਤਾ। ਇਹ ਸਾਰੀ ਘਟਨਾ ਵਿੱਚ ਮੈਂ ਆਪਣਾ ਅਨਮੋਲ ਦੋਸਤ ਗਵਾ ਦਿੱਤਾ ਅਤੇ ਜੱਦੀ ਜ਼ਮੀਨ ਵੀ ਹੱਥੋਂ ਗਵਾ ਲਈ। ਪਰ ਹੁਣ ਮੈਂ ਸੋਚਦਾ ਹਾਂ ਕਿ ਮੈਂ ਕਿੱਥੇ ਇਹ ਗਲਤੀ ਕਰ ਬੈਠਾ। ਇਹ ਸਵਾਲ ਸਾਰੀ ਉਮਰ ਮੇਰੇ ਜ਼ਿਹਨ ਵਿੱਚ ਘੁੰਮਦਾ ਰਹੇਗਾ ਅਤੇ ਮੇਰੇ ਸਾਹਾਂ ਨਾਲ ਹੀ ਮੁੱਕੇਗਾ। ਦੋਸਤੋ, ਅਸੀਂ ਵੀਡੀਓ ਦੇ ਅੰਤ ਵਿੱਚ ਇਹੀ ਕਹਾਂਗੇ, ਕਦੇ ਵੀ ਗਲਤ ਤਰੀਕੇ ਨਾਲ ਬਾਹਰ ਨਹੀਂ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਲ ਪੈਸੇ ਹਨ
ਤਾਂ ਤੁਸੀਂ ਉਸ ਨੂੰ ਕਿਸੇ ਬਿਜ਼ਨਸ ਵਿੱਚ ਲਗਾ ਸਕਦੇ ਹੋ ਜਾਂ ਸਹੀ ਰਸਤੇ 'ਤੇ ਬਾਹਰ ਜਾ ਸਕਦੇ ਹੋ। ਗਲਤ ਤਰੀਕਾ ਕਦੀ ਨਾ ਅਪਣਾਓ। ਧੰਨਵਾਦ ਜੀ।